ਪਾਂਪੜੀ ਤੋਂ ਤੰਗ ਆ ਗਏ ਜੀ ਆਪਣੇ ਵੀਰ ਸਾਰੇ ਰੋਡ 'ਤੇ ਚੜ੍ਹੇ ਇਸ ਕਰਕੇ ਕਿ ਸਾਡੀਆਂ ਮੰਗਾਂ ਪੂਰੀ ਨਹੀਂ ਹੋਈਆਂ। ਰੂਮ ਮੈਂ ਤੁਹਾਨੂੰ ਬਿਠਾ ਕੇ ਰੱਖਿਆ ਘੱਟ ਤੋਂ ਘੱਟ 3-3 ਮਹੀਨੇ 4-4 ਮਹੀਨੇ ਤੱਕ ਲਈ। ਰੋਟੀ ਦਾ ਖਰਚਾ ਕੋਈ ਨਹੀਂ, ਸਿਰਫ ਰੂਮ 'ਚ ਰੱਖਿਆ ਹੋਇਆ। ਇਸ ਕਰਕੇ ਇੰਨੀ ਕੁ ਮੁਸ਼ਕਿਲ ਆ ਚੁੱਕੀ ਹੈ ਕਿ ਨਾ ਹੀ ਤਾਂ ਸਾਡਾ ਕੁਝ ਹੱਲ ਕਰ ਰਹੇ ਨੇ ਨਾ ਕੁਛ ਹੋਰ। ਬਹੁਤ ਬਹੁਤ ਜ਼ਿਆਦਾ ਤੰਗ ਆ ਆਪਣੀ ਕੰਪਨੀ ਡਿਸਕਵਰੀ ਤਰਹਾਲ ਰਿਟਾਜ ਅਤੇ ਜਿੰਨੇ ਵੀ ਭਰਾ ਸਾਡੇ ਆਏ ਆ ਇੰਡੀਆ ਪੰਜਾਬ ਤੋਂ ਆਏ ਆ, ਸਾਰੇ ਪਹਾੜੀਆਂ ਜੰਟਰ ਹੀ ਆਏ ਆ। ਸੋ ਭਾਈ ਅੱਗੇ ਜੇ ਤੁਸੀਂ ਕਦੇ ਵੀ ਆਉਣਾ ਤਾਂ ਪਹਾੜੀਆਂ ਜੰਟਰ ਹੀ ਨਾ ਆਇਓ। ਸਾਰਿਆਂ ਤੋਂ 71-71 ਹਜ਼ਾਰ ਰੁਪਈਆ ਲੈ ਕੇ ਇਹ ਠੱਗ ਰਿਹਾ ਆ ਤੇ ਕਹਿੰਦਾ ਕੁਛ ਆ। ਤੁਹਾਡੇ ਸਾਹਮਣੇ ਹੀ ਆ ਏਜੰਟਾਂ ਦੇ, ਜਿਹੜੇ ਗੈਰ ਏਜੰਟਾਂ ਦੇ ਧੱਕੇ ਚੜ੍ਹਨਾ ਕਿੰਨੀ ਗੱਲ ਆ ਮਾੜੀ ਆ। ਉਹ ਡਾਨਾ ਨੀ ਕਿਸੇ ਡਾਨਾ ਨੀ ਓਏ ਬੜੀ ਮੁਸ਼ਕਿਲ ਦੀ ਘੜੀ ਕਰਕੇ ਇਸ ਟਾਈਮ ਲਾਈਵ ਆਉਣਾ ਪਿਆ। ਰੋਡ ਦੁਬਈ ਆਪਣੇ ਅਬੂ ਧਾਬੀ 14 ਨੰਬਰ ਮੁਸਫਾ ਜਾਮ ਆਪਣੇ ਸਾਰੇ ਪੰਜਾਬੀ ਭਰਾ ਡਿਸਕਵਰੀ ਰਿਟਾਜ ਤਰਹਾਲ ਕੰਪਨੀ। ਅੱਜ ਬਈ ਤੁਸੀਂ ਦੱਸੋ ਕੀ ਕਰਾਂਗਾ ਠੀਕ ਹੈ ਬਾਈ। ਅੱਜ ਤੁਹਾਡੇ ਸਾਹਮਣੇ ਹੀ ਆ ਆਪਣਾ ਭਰਾ ਕਿੰਨਾ ਦੁਖੀ ਇਸ ਟਾਈਮ ਕਹਿ ਰਿਹਾ ਹੈ। ਇਹ ਵੀ ਘੱਟ ਤੋਂ ਘੱਟ 3-4 ਮਹੀਨਿਆਂ ਤੋਂ ਬੈਠੇ ਹੋਏ ਨੇ ਤੇ ਰੋਟੀ ਦਾ ਕੋਈ ਨਹੀਂ ਹੈਗਾ, ਕੰਪਨੀ ਵੀ ਧੱਕਾ ਕਰ ਰਹੀ ਆ। ਤੁਸੀਂ ਦੱਸੋ ਕਿੱਦਾਂ ਕੰਪਨੀ ਦੀ ਕੀ ਹਾਲ ਹੈ? ਕੰਪਨੀ ਬਹੁਤ ਘਟੀਆ ਹੈ ਭਾਜੀ, ਠੀਕ ਹੈ। 4 ਮਹੀਨੇ ਤੋਂ ਬੈਠਾ ਕੇ ਰੱਖਾ ਹੈ, ਅਭੀ ਨਹੀਂ ਸੈਲਰੀ ਦੇ ਰਹੇ ਨਾ ਕੁਛ ਦੇ ਰਹੇ। ਜਿਹੜੀ ਗੱਲ ਲਿਖਤਾ ਹੈ ਬੋਲਦਾ ਪੈਸਾ ਮਿਲੇਗਾ ਕੁਛ ਨਹੀਂ ਮਿਲੇਗਾ ਯਾਰ। ਫਿਰ ਇਹਨਾਂ ਵਾਲ ਕਰਾਇਆ ਬੈਠਨੇ ਕੇ ਲਿਆ ਹੈ ਕਿ ਕੰਮ ਕਰਨੇ ਕੇ ਲਿਆ ਹੈ ਇੰਡੀਆ ਵੀ ਨਹੀਂ ਫਿਰ ਆਇਆ। ਬਟਾ ਕੀ ਦੇਖੋ ਜੀ ਸਭ ਆਪਣੇ ਜਿੰਨੇ ਵੀ ਭਾਰਤ ਇੰਡੀਆ ਦੇ ਬੰਦੇ ਆਏ ਹੋਏ ਆ ਇੱਥੇ ਡਿਸਕਵਰੀ 'ਚ ਬੜੀ ਹੀ ਮੰਗ ਮੰਗੀ ਘਟਨਾ ਹੈ। ਸਾਡਾ ਇੱਕ ਹੋਰ ਭਰਾ ਆ, ਤੁਸੀਂ ਦੱਸੋ ਤੁਹਾਡਾ ਕੀ ਹਾਲ ਹੈ? ਕਿਆ ਬੋਲ ਪੜੀ ਹੈ? ਕੋਈ ਸੁਣਵਾਈ ਨਹੀਂ ਹੋ ਰਹਾ ਹੈ, ਹਮ ਲੋਗ ਨਾ ਇੰਡੀਆ ਜਾ ਪਾ ਰਹੇ ਹੈ ਔਰ ਨਾ ਇਧਰ ਖਾ ਪਾ ਰਹੇ ਹੈ, ਨਾ ਜੀ ਰਹੇ ਨਾ ਮਰ ਰਹੇ, ਕੋਈ ਹਮ ਕੋ ਨਹੀਂ ਸਮਝ ਨਹੀਂ ਆ ਰਹਾ ਕਿਆ ਕਰੇ। ਸੋ ਤੁਸੀਂ ਦੇਖਿਆ ਇੰਨਾ ਕੰਮ ਮੁਸ਼ਕਿਲ ਆ ਰੋਡ ਪੰਜਾਬੀ ਨੇ ਆਪਣੇ ਜੰਮ ਕੇ, ਤੁਹਾਨੂੰ ਪਤਾ ਬਈ ਜਦੋਂ ਬੰਦਾ ਭੁੱਖਾ ਮਰਦਾ ਤਾਂ ਕੀ ਹੱਲ ਬਣਦਾ। ਰੋਟੀ ਬਿਨਾਂ ਇੱਥੇ ਕੱਖ ਨਹੀਂ ਜੀ। ਸੋ ਮੈਂ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਭਾਈ ਪਹਾੜੀਆਂ ਜੰਟਰ ਹੀ ਨਾ ਕਦੇ ਆਉਣ, ਠੀਕ ਹੈ ਜੀ। ਬੰਦੇ ਅੱਜ ਸਾਡੇ ਮਨ 'ਤੇ ਵੀ ਆ ਚੁੱਕੇ ਨੇ ਅਤੇ ਭਾਈ ਕਦੇ ਵੀ ਪਹਾੜੀਆਂ ਜੰਟਰਾਂ ਹੀ ਨਾ ਆਇਓ। ਇਹ ਤੁਹਾਨੂੰ ਹਮੇਸ਼ਾ ਹੀ ਧੱਕੇ 'ਚ ਫਸਾਉਂਦਾ, ਕਹਿ ਦਿੰਦਾ ਤੁਹਾਡੀ ਸੈਲਰੀ ਇੰਨੀ ਆ, ਪਰ ਜਦੋਂ ਵੀ ਇਹਨਾਂ ਥੂ ਆਉਂਦੇ ਤਾਂ ਤੁਹਾਡੀ ਸੈਲਰੀ ਘੱਟ ਤੋਂ ਘੱਟ ਲੱਗੂਗੀ। ਸੋ ਇਹਨਾਂ ਦੇ ਧੱਕੇ ਨਾ ਚੜ੍ਹੋ, ਸਹੀ ਆ।